अमृतसर दे पिंड गगन बाणा पिंड जिथे कि एक गुरबत भरी जिंदगी जीण वाली परिवार दे लई दो वक्त दी रोटी दा जुगाड़ भी नहीं सी। घर दी छत दी टीन भी बरसाता विच आउंदी सी। घर विच ना बिजली ना पानी, उपरों धी दा विआह, अजिही माहौल विच परिवार विच निराशा दा माहौल बणिया होया सी। पर जिवें ही पिंड दी एक भली मानस औरत वालों उस लड़की दे परिवार दी वीडियो सोशल मीडिया ते पाई गई ता अमृतसर पुलिस दे एक ASI दलजीत सिंह वालों इस परिवार दा दर समझाउंदे होए ਵਿਆਹ ਦਾ ਸਮਾਨ, ਰਾਸ਼ਨ, ਕੱਪੜੇ, ਚੂੜਾ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਉਸ ਪਰਿਵਾਰ ਲਈ ਮਸੀਹਾ ਬਣੇ। ਮੈਂ ਜੀ ASI ਦਲਜੀਤ ਸਿੰਘ ਅੰਮ੍ਰਿਤਸਰ ਦਾ। ਮੈਂ ਜੀ ਪਿੰਡ ਗੱਗੜ ਬਾਣਾ ਪਹੁੰਚਿਆ, ਇੱਥੇ ਇੱਕ ਮੈਂ ਇੱਕ ਵੀਡੀਓ ਵੇਖੀ ਸੀਗੀ। ਜੋ ਵੀਡੀਓ ਵੇਖ ਕੇ ਮੈਂ ਇਸ ਪਰਿਵਾਰ ਦੇ ਆਪਣੇ ਚੱਲ ਕੇ ਆਇਆ ਅੱਜ ਅਤੇ ਜੇ ਕੁਛ ਸਮਾਨ ਲੈ ਕੇ ਆਏ ਸੀਗੇ। ਜਦੋਂ ਅਸੀਂ ਗੱਡੀ ਵਿੱਚ ਉਤਰੇ ਤਾਂ ਇਸ ਪਰਿਵਾਰ ਦੇ ਵਿੱਚ ਲੱਗਿਆ ਨਹੀਂ ਵੀ ਇਹਨਾਂ ਲੜਕੀ ਦੀ ਸ਼ਾਦੀ ਆ। ਸੋ ਰਾਤ ਕੀ ਸੀ ਜਦੋਂ ਇੱਥੇ ਪਹੁੰਚੇ ਤੁਸੀਂ ਪਰਿਵਾਰ 'ਚ? ਕਿੰਨੀ ਮਤਲਬ ਕਿ ਅਸੀਂ ਜਦੋਂ ਘਰ ਪਹੁੰਚੇ ਹਾਂ ਤਾਂ ਉਹ ਘਰ ਦੇ ਵਿੱਚ ਲੱਗਦੇ ਨਹੀਂ ਸੀ ਵੀ ਇਹ ਲੜਕੀ ਦੀ ਸ਼ਾਦੀ ਹੈ, ਅਤੇ ਉਹਨਾਂ ਦੇ ਚਿਹਰੇ 'ਤੇ ਇੰਨੀ ਮਜੂਸੀ ਅਤੇ ਇੰਨੀ ਚਿੰਤਾ ਸੀਗੀ ਵੀ ਲੱਗਦਾ ਨਹੀਂ ਸੀ ਵੀ ਇਹ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਆਉਣ ਵਾਲਾ ਜਾਂ ਖੁਸ਼ੀ ਇਸ ਨਾਲ ਲੜਕੀ ਦੀ ਸ਼ਾਦੀ ਰੱਖੀ ਹੋਈ ਹੈ। ਲੇਕਿਨ ਜਦੋਂ ਅਸੀਂ ਉਤਰੇ ਹਾਂ ਤਾਂ ਇਹਨਾਂ ਦੀ ਚਿੰਤਾ ਜਿਹੜੀ ਹੋਰ ਗਹਿਰੀ ਹੋ ਗਈ ਵੀ ਪਤਾ ਨਹੀਂ ਪੁਲਿਸ ਕਿਉਂ ਆ ਗਈ ਹੈ। ਲੇਕਿਨ ਜਦੋਂ ਵੀ ਸਾਨੂੰ ਗੱਡੀ 'ਚੋਂ ਸਮਾਨ ਕੱਢ ਕੇ ਵੇਖਦੇ ਹਾਂ, ਇਹਨਾਂ ਵੇਖਿਆ ਵੀ ਸਾਡੀ ਹੈਲਪ ਕਰਨ ਆਏ ਆ, ਅਤੇ ਇਹਨਾਂ ਦੀ ਜਿਹੜੀ ਉਹ ਖੁਸ਼ੀ ਆਪਣੀ ਜਿਹੜੀ ਸੀ ਜਿਹੜੀ ਚਿੰਤਾ ਸੀਗੀ ਉਹ ਖੁਸ਼ੀ ਵਿੱਚ ਬਦਲ ਗਈ ਅਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ। ਵੀ ਕਿਵੇਂ ਪਤਾ ਚੱਲਿਆ ਇਸ ਪਰਿਵਾਰ ਬਾਰੇ? ਇਸ ਪਰਿਵਾਰ ਦਾ ਸਾਨੂੰ ਜੀ ਇੱਕ ਭੈਣ ਜੀ ਸੀਗੇ, ਉਹਨਾਂ ਨੇ ਸਾਨੂੰ ਸੋਸ਼ਲ ਮੀਡੀਆ 'ਤੇ ਆਪਣੇ ਵੀਡੀਓ ਭੇਜੀ ਸੀਗੀ, ਅਤੇ ਉਹ ਜਿਹੜੀ ਵੀਡੀਓ ਸੀਗੀ ਉਹ ਮੈਨੂੰ ਦੇਖੀ ਸੀ। ਮੈਂ ਦੇਖ ਕੇ ਅਤੇ ਮੈਂ ਦੇਖਿਆ ਵੀ ਹਾਲਾਤ ਬਹੁਤ ਬਦਤਰ ਨੇ, ਅਤੇ ਇੱਥੇ ਆ ਕੇ ਜਦੋਂ ਦੇਖਿਆ ਤਾਂ ਉਹ ਹਾਲਾਤ ਉਹਦੇ ਨਾਲ ਵੀ ਬਦਤਰ ਸੀਗੇ ਵੀ ਟੀਨਾਂ 'ਚੋਂਦੀਆਂ ਪਈਆਂ ਵਾ ਅਤੇ ਬਿਜਲੀ ਦਾ ਕਨੈਕਸ਼ਨ ਕੱਟਿਆ 14,000 ਬਿੱਲ ਸੀਗਾ, ਅਤੇ ਇਹਨਾਂ ਦੇ ਜਿਹੜੇ ਘਰ ਦਾ ਚੁੱਲ੍ਹਾ ਚੌਂਕਾ ਜਿਹੜਾ ਉਹ ਕੱਚਾ ਹੈਗਾ, ਬਾਹਰ ਦੀ ਬਾਉਂਡਰੀ ਵਾਲ ਨਹੀਂ ਹੈਗੀ, ਕੋਈ ਹੈਂਡ ਪੰਪ ਨਹੀਂ ਹੈਗਾ, ਅਤੇ ਬਹੁਤ ਹੀ ਬੁਰੇ ਹਾਲਾਤਾਂ 'ਚ ਜੀ ਰਹੇ ਨੇ। ਪਤਾ ਨਹੀਂ ਵਿਆਹ ਦਾ ਇਹ ਆਉਣਾ ਸੀ। ਇਸ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਨੇ ਜੀ? ਇਹਨਾਂ ਦੇ ਲੜਕੀ ਦੇ ਜਿਹੜੀ ਮਾਤਾ ਪਿਤਾ ਅਤੇ ਲੜਕੀ ਦੇ ਜਿਹੜੇ ਦੋ ਬ੍ਰਦਰ ਸੀ, ਛੋਟੀ ਏਜ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਸੀਗੀ, ਅਤੇ ਇਹ ਲੜਕੀ ਦਾ ਕੋਈ ਭੈਣ ਭਰਾ ਨਹੀਂ ਹੈਗਾ, ਅਤੇ ਇਹ ਲੜਕੀ ਇਕੱਲੀ ਆ, ਅਤੇ ਇਹਨੂੰ ਇਸ ਵੇਲੇ ਬਹੁਤ ਹੀ ਆਸਰਾ ਸੀਗਾ ਵੀ ਮੇਰਾ ਕੋਈ ਭਰਾ ਹੁੰਦਾ ਮੇਰੀ ਦੋਲੀ ਨੂੰ ਜਿਹੜੇ ਉਹ ਆਪ ਵਿਦਾ ਕਰਦਾ। ਜਿਸ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਤੁਹਾਡੇ ਨੂੰ? ਅਸੀਂ ਤਾਂ ਚਲੋ ਜੀ ਜਿਹੜਾ ਕੋਈ ਜ਼ਰੂਰਤ ਵਾਲੀਆਂ ਚੀਜ਼ਾਂ ਵਾ ਜਾਂ ਸੂਟ ਹੈ ਜਾਂ ਕੋਈ ਹੋਰ ਕੋਈ ਰਾਸ਼ਨ ਵਗੈਰਾ ਪ੍ਰੋਵਾਈਡ ਕਰਾਇਆ। ਬਾਕੀ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਹਾਂ ਵੀ ਉਹ ਅੱਗੇ ਵੱਧ ਕੇ ਇਸ ਪਰਿਵਾਰ ਦਾ ਜਿਹੜਾ ਉਹ ਬਾਂਹ ਫੜਨ, ਅਤੇ ਇਹਦੇ ਪਰਿਵਾਰ ਦੀ ਜਿਹੜੀ ਉਹ ਜਿਹੜਾ ਲੈਂਟਰ ਪਵਾ ਦੇਣ, ਬਾਅਦ ਦੀ ਬਾਉਂਡਰੀ ਵਾਲੇ ਤਾਰ ਨੇ ਇੱਕ ਵਾਰੀ ਇਹਨੂੰ ਸਟੈਂਡ ਕਰ ਦੇਣ, ਇਹ ਬੰਦਾ ਫਿਰ ਆਪਣੀ ਦੂਜੀ ਰੋਟੀ ਜਗਾ ਆਪ। ਕਿੰਨੀ ਤਰੀਕ ਨੂੰ ਵਿਆਹ ਜੀ? ਇਹਨਾਂ ਦੀ 16 ਸਪਤੰਬਰ ਨੂੰ ਆ ਜੀ, ਦਿਨ ਸੰਗਰਾਂਦ ਵਾਲੇ ਦਿਨ ਇਹਨਾਂ ਦੀ ਸ਼ਾਦੀ ਆ, ਅਤੇ ਇਹ ਆਪਣੇ ਵੱਧ ਤੋਂ ਵੱਧ ਜਿਹੜੇ ਦਾਨੀ ਸੱਜਣ ਨੇ ਉਹ ਇਸ ਪਰਿਵਾਰ ਦੀ ਜਿਹੜੀ ਬਾਂਹ ਫੜ ਲੈਣਗੇ ਅਤੇ ਪਰਿਵਾਰ ਦਾ ਜਿਹੜਾ ਕਾਰਜ ਜਿਹੜਾ ਨੇਪਰੇ ਚੜ੍ਹ ਜੇ। ਮੇਰਾ ਨਾਮ ਸੁਖਵਿੰਦਰ ਕੌਰ ਸਰ। ਸਰ ਇਹਨਾਂ ਗੁੜੀਆ ਦੀ ਜਿਹੜੀ ਮਾਤਾ ਵਾ ਨਾ ਉਹ ਸਾਡੇ ਪਿੰਡ ਪੱਲੇ ਪਹੁੰਚੀ, ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਪਿੰਡ ਦੇ ਵਿੱਚ ਉਗਰਾਈ ਕਰਕੇ ਦਿਉ, ਅਤੇ ਫਿਰ ਆ ਚਲੋ ਜੋ ਸਰਦਾ ਬੰਦਾ ਸਾਡੇ ਪਿੰਡ ਦਿਆਂ ਨੇ ਵੀ ਦਿੱਤਾ ਵੀ ਇਹਨਾਂ ਦਾ ASI ਦਲਜੀਤ ਸਿੰਘ ਉਹਨਾਂ ਦਾ ਨੰਬਰ ਸੀ ਫੇਸਬੁੱਕ ਦਿੱਤੇ, ਇਹਨਾਂ ਦੇ ਫੇਸਬੁੱਕ ਦਿੱਤੇ, ਇਹਨਾਂ ਨੂੰ ਆਪਾਂ ਵੀਡੀਓ ਜਿਹੜੀ ਬਣਾਈ ਸੀ ਉਹ ਪਾਈ ਹੋਈ, ਅਤੇ ਫਿਰ ਇਹਨਾਂ ਦੇ ਨਾਲ ਮੈਸੇਜ ਇਹਨਾਂ ਨੇ ਕੀਤਾ। ਇਹਨਾਂ ਤੋਂ ਪਰਿਵਾਰ ਦੀ ਗੁੱਡੀ ਦੇ ਸੂਟ ਵਗੈਰਾ, ਚੂੜਾ, ਰਾਸ਼ਨ ਦਾ ਸਮਾਨ, ਹਰ ਇੱਕ ਚੀਜ਼ ਇਹਨਾਂ ਨੇ ਲਿਆ ਕੇ ਦਿੱਤੀ ਹੈ। ਕੀ ਕਹਿਣਾ ਚਾਹੁੰਦੇ ਜੀ ਸਮਾਜ ਸੇਵੀ ਵੀਰਾਂ ਨੂੰ? ਹਾਲਾਤ ਅਸੀਂ ਦੇਖੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਹੈ ਪਰਿਵਾਰ। ਸਮਾਜ ਸੇਵੀ ਵੀਰਾਂ ਨੂੰ ਇਹੋ ਕਹਿਣਾ ਚਾਹੁੰਦੇ ਕਿ ਜਿੱਦਾਂ ASI ਦਲਜੀਤ ਸਿੰਘ ਨੇ ਮਦਦ ਕੀਤੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਜੋ ਜਿੱਦਾਂ ਵੀ ਜੋ ਵੀ ਕਿਸੇ ਕੋਲ ਸਰਦਾ ਬਣਦਾ ਇਸ ਪਰਿਵਾਰ ਦੀ ਮਦਦ ਕੀਤੀ, ਕਿਉਂਕਿ ਲੜਕੀ ਦਾ ਜਿਹੜਾ ਕਾਰਜ ਵਾ ਉਹ ਰਸ ਹੋ ਜਾਵੇ। ਹਾਂਜੀ, ਅਸੀਂ ਦੇਖਦੇ ਹਾਂ ਪੰਜਾਬ ਪੁਲਿਸ ਨੂੰ ਹਮੇਸ਼ਾ ਗਲਤ ਨਜ਼ਰੀਏ ਨਾਲ ਦੇਖਿਆ ਜਾਂਦਾ। ਅਸੀਂ ਦੇਖਦੇ ਹਾਂ ਪੰਜਾਬ ਪੁਲਿਸ ਜ਼ਿਆਦਾਤਰ ਤੱਥਾਂ ਚੜ੍ਹਦੀ ਜਾਂ ਚਪੇੜਾ ਮਾਰਦੀ ਹੋਈ ਨਜ਼ਰ ਆਉਂਦੀ ਹੈ। ਦਲਜੀਤ ਸਿੰਘ ਵਰਗੇ ASI ਜਿਹੜੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਰਹੇ ਨੇ, ਕੀ ਕਹਿਣਾ ਚਾਹੁੰਦੇ? ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ, ਕੋਈ ਹੁੰਦੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ, ਕੋਈ ਬਹੁਤ ਜ਼ਿਆਦਾ ਹੈਗੇ ਆ ਵੀਰ ਜਿਹੜੇ ਸਮਾਜ ਸੇਵਾ ਕਰ ਰਹੇ ਆ, ਪੁਲਿਸ ਵਾਲੇ ਵੀ ਅਤੇ ਦਲਜੀਤ ਸਿੰਘ ASI ਵੀ ਕਰ ਰਹੇ ਆ, ਅਤੇ ਇੱਦਾਂ ਹੀ ਸਾਰੇ ਕਰਨ ਸੇਵਾ, ਅਤੇ ਇਹ ਪਰਿਵਾਰ ਦੇ ਵਿੱਚ ਗਰੀਬੀ ਨਾ ਰਹੇ ਅਤੇ ਗਰੀਬਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।